ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ੁਕਰ ਵਾਹਿਗੁਰੂ ਜੀ ਦਾ ਖੁਦ ਅਰਥਾਂ ਸਮੇਤ ਸਹਿਜ ਪਾਠ ਕਰੋ ਦੀ ਲਹਿਰ ਸ਼ੁਰੂ ਕੀਤੀ ਗਈ ਇੱਕ ਪਰਿਵਾਰ ਨੇ ਦੂਸਰੇ ਪਰਿਵਾਰ ਨੂੰ ਪ੍ਰੇਰਿਤ ਕੀਤਾ ਦੂਸਰੇ ਨੇ ਤੀਸਰੇ ਨੂੰ ਪ੍ਰੇਰਿਤ ਕੀਤਾ ਇਹ ਲਹਿਰ ਘਰ ਘਰ ਤੱਕ ਪਹੁੰਚਦੀ ਗਈ ਕੁਝ ਸੰਸਥਾਵਾਂ ਨੇ ਸਕੂਲ ਕਾਲਜ ਯੂਨੀਵਰਸਿਟੀ ਦੇ ਸਟੂਡੈਂਟਸ ਨੂੰ ਪ੍ਰੇਰਿਤ ਕੀਤਾ ਸਟੂਡੈਂਟਸ ਨੇ ਆਪਣੇ ਆਪਣੇ ਰਿਸ਼ਤੇਦਾਰਾਂ ਨੂੰ ਪ੍ਰੇਰਿਤ ਕੀਤਾ ਸ਼ੁਕਰਵਾਹ ਗੁਰੂ ਦਾ ਹੁਣ ਤਾਂ ਬੱਚੇ ਵੀ ਪੁੱਛਣ ਲੱਗੇ ਕੀ ਤੁਸੀਂ ਅਰਥਾਂ ਸਮੇਤ ਸਹਿਜ ਪਾਠ ਸ਼ੁਰੂ ਕਰ ਦਿੱਤਾ ਹੈ ਹੁਣ ਤਾਂ ਬੱਚਿਆਂ ਦੇ ਸੋਤਲੀ ਆਵਾਜ਼ ਵਿੱਚੋਂ ਨਿਕਲੇ ਹੋਏ ਇਹ ਸਵਾਲ ਸਾਨੂੰ ਹਲੂਨ ਦਿੰਦੇ ਹਨ ਮਿੱਠਾ ਜਿਹਾ ਹਲੂਣਾ ਦਿੰਦੇ ਨੇ ਜਿਹੜੇ ਇਦਾਂ ਸੋਚਦੇ ਸੀ ਚੱਲ ਕਰਾਂਗੇ ਸ਼ੁਰੂ ਕਰਾਂਗੇ ਕੱਲ ਨੂੰ ਕਰਾਂਗੇ ਇਸ ਵੀਕਐਂਡ ਤੇ ਕਰਾਂਗੇ ਟਾਈਮ ਨਹੀਂ ਹੈ ਬੱਚਿਆਂ ਦੇ ਸਵਾਲਾਂ ਨੇ ਉਨਾ ਨੂੰ ਹਲੂਨ ਕੇ ਰੱਖ ਦਿੱਤਾ ਆਪਾਂ ਸਾਰੇ ਗੁਰੂ ਦੀ ਕੌਮ ਦੇ ਲਈ ਆਪਾਂ ਵਾਰਨਾ ਹੈ ਕਰ ਕਰ ਦੇ ਵਿੱਚ ਗੁਰੂ ਦਾ ਸੰਦੇਸ਼ ਖੁਦ ਅਰਥਾਂ ਸਮੇਤ ਸਹਿਜ ਪਾਠ ਕਰੋ ਦੀ ਲਹਿਰ ਕਰ ਕਰ ਵਿੱਚ ਲਿਜਾਣੀ ਹੈ ਸਾਡੇ ਦੇ ਬੱਚਿਆਂ ਦੇ ਅੰਦਰੋਂ ਵੀ ਇਹ ਸਵਾਲ ਉੱਠ ਰਹੇ ਨੇ ਕਿ ਤੁਸੀਂ ਅਰਥਾਂ ਸਮੇਤ ਸਹਿਜ ਪਾਠ ਸ਼ੁਰੂ ਕਰ ਦਿੱਤਾ ਹੈ ਆਓ ਖੁਦ ਅਰਥਾਂ ਸਮੇਤ ਸਹਿਜ ਪਾਠ ਸ਼ੁਰੂ ਕਰੀਏ ਪਰਿਵਾਰ ਦਾ ਕੋਈ ਵੀ ਮੈਂਬਰ ਬੰਜਾ ਨਾ ਰਹਿ ਜਾਵੇ ਕੋਈ ਰਿਸ਼ਤੇਦਾਰ ਸ਼ਰੀਕੇ ਵਿੱਚੋਂ ਮਿੱਤਰਾਂ ਦੋਸਤਾਂ ਚ ਕੋਈ ਵੀ ਬੰਜਾ ਨਾ ਰਹਿ ਸਕੇ ਇਸ ਲਹਿਰ ਨੂੰ ਘਰ ਘਰ ਤੱਕ ਪਹੁੰਚਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਸ਼ਕਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਅੰਗ 258 52 ਅਖਰੀ ਬਾਣੀ ਦੀ 37ਵੀਂ ਪੌੜੀ ਤੇ ਪੌੜੀ ਦੇ ਨਾਲ ਅੰਕਿਤ ਪਹਿਲਾ ਸ਼ਲੋਕ ਸ਼ਲੋਕ ਪਤ ਰਾਖੀ ਗੁਰ ਪਾਰ ਬ੍ਰਹਮ ਤਾਜ ਪਰ ਪੰਚ ਮੋਹ ਬੇਕਾਰ ਵਾਹਿਗੁਰੂ ਸੱਚੇ ਪਾਤਸ਼ਾਹ ਉਹਦਾ ਰੂਪ ਹੈ ਸੱਚਾ ਗਿਆਨ ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਜੋ ਗੁਰੂ ਦਾ ਗੁਰ ਸਰੂਪ ਹੈ ਉਹ ਸੱਚਾ ਗਿਆਨ ਹੈ ਆਖਵਾਇ ਇਸ ਲਈ ਜੋ ਸੱਚਾ ਗਿਆਨ ਗੁਰ ਸਰੂਪ ਹੈ ਉਹੋ ਹੀ ਪਰਮ ਬ੍ਰਹਮ ਹੈ ਉਹਨੇ ਪਤ ਰਖੀ ਜ਼ਿੰਦਗੀ ਵਿੱਚ ਬਖਸ਼ਿਸ਼ ਦਿੱਤੀ ਸਾਜ ਪਰ ਪੰਜ ਮੋਹ ਵਿਕਾਰ ਪਰ ਪੰਜ ਅੰਦਰੋਂ ਛਲ ਕਪਟ ਦੀ ਭਾਵਨਾ ਤੇ ਵਿਕਾਰਾਂ ਵਾਲੇ ਪਾਸੇ ਦੀ ਖਿੱਚ ਖਤਮ ਕਰ ਦਿੱਤੀ ਆਖਵਾਇਰੋ ਜਿਨ੍ਹਾਂ ਦੀ ਬਖਸ਼ਿਸ਼ ਦਿੱਤੀ ਜਿਨ੍ਹਾਂ ਨੂੰ ਵਾਹਿਗੁਰੂ ਜੀ ਨਾਨਕ ਸੋ ਅਰਾਧਿਐ ਅੰਤਨ ਪਰਵਾਰ ਇਹ ਨਾਨਕ ਜੀ ਜਿਸ ਵਾਹਿਗੁਰੂ ਜੀ ਦਾ ਭੇਦ ਨਹੀਂ ਪਾਇਆ ਜਾ ਸਕਦਾ ਜੋ ਬਿਆਨਤ ਹੈ ਉਸ ਨੂੰ ਅਰਾਧਣਾ ਉਹਨੂੰ ਸਮਰਪਿਤ ਹੋ ਕੇ ਜੀਵਨ ਜਿਉਣਾ ਹੈ ਕੋ ਵਾਹਿਗੁਰੂ ਪੌੜੀ ਪਪਾ ਪਰਮਿਤ ਪਾਰ ਨਾ ਪਾਇਆ ਪਪਾ ਅਖਰ ਤੋਂ ਸਿਖਾਰੇ ਨੇ ਕਿ ਜਿਸ ਵਾਹਿਗੁਰੂ ਜੀ ਦੀ ਅਵਸਥਾ ਨੂੰ ਕੋਈ ਸਮਝ ਨਹੀਂ ਸਕਦਾ ਮਿੱਤ ਤੋਂ ਪਰੇ ਉਸ ਨੂੰ ਮਿਣਿਆ ਤੋਲਿਆ ਹੀ ਨਹੀਂ ਜਾ ਸਕਦਾ ਜੋ ਬਿਆੰਤ ਹੈ ਜਿਹਦਾ ਭੇਦ ਨਹੀਂ ਪਾਇਆ ਜਾ ਸਕਦਾ ਪਤਿਤ ਪਾਵਨ ਅਗਮ ਹਰ ਰਾਇਆ ਉਹ ਵਾਹਿਗੁਰੂ ਜੀ ਪਹੁੰਚ ਤੋਂ ਪਰੇ ਨੇ ਉਨ੍ਹਾਂ ਦਾ ਨਿਜ਼ਮ ਚੱਲਦਾ ਹੈ ਰਾਜ ਚੱਲਦਾ ਹੈ ਉਹ ਪਾਤਸ਼ਾਹਾਂ ਦੇ ਪਾਤਸ਼ਾਹ ਨੇ ਹਰ ਰਾਯਾ ਉਹ ਗire ਹੋਏ ਮਨ ਨੂੰ ਪਵਿੱਤਰ ਕਰ ਦਿੰਦੇ ਨੇ ਆਖੋ ਵਾਹਿਗੁਰੂ ਅਤੇ ਹੁੰਦਾ ਗਿਰਿਆ ਹੋਇਆ ਆਪਣੀ ਅਵਸਥਾ ਤੋਂ ਨੀਵੇਂ ਲੈਵਲ ਤੇ ਆਇਆ ਹੋਇਆ ਜਿਹੜੀ ਸੋਚ ਗਿਰ ਗਈ ਹੈ ਉਸ ਨੂੰ ਪਵਿੱਤਰ ਕਰਦੇ ਨੇ ਵਾਹਿਗੁਰੂ ਜੀ ਹੋਤ ਪੁਨੀਤ ਕੋਟ ਅਪਰਾਧੂ ਕਰੋਣਾ ਹੀ ਪਾਪ ਪ੍ਰਵਿਰਤੀਆਂ ਵਾਲੇ ਪਵਿੱਤਰ ਹੋ ਜਾਂਦੇ ਨੇ ਜਦੋਂ ਵਾਹਿਗੁਰੂ ਜੀ ਨੂੰ ਸਮਰਪਿਤ ਹੋਣ ਦੀ ਯੋਗਤਾ ਆ ਜਾਵੇ। ਅੰਮ੍ਰਿਤ ਨਾਮ ਅੰਜਪਹਿ ਮਿਲ ਸਾਧੂ ਉਹ ਯੋਗਤ ਕੀ ਹੈ ਗੁਰੂ ਨੂੰ ਮਿਲ ਕੇ। ਗੁਰੂ ਦੇ ਉਪਦੇਸ਼ਾਂ ਨੂੰ ਸਮਝ ਕੇ ਸੋਚ ਸੁਭਾਵ ਤੇ ਜਦੋਂ ਲਾਗੂ ਕਰਦੇ ਨੇ ਗੁਰੂ ਦੇ ਉਪਦੇਸ਼ ਅਨਸਾਰ ਜੀਵਨ ਜਿਉਂਦੇ ਨੇ ਫਿਰ ਰੱਬ ਦਾ ਗਿਆਨ ਰੂਪੀ ਨਾਮ ਨੂੰ ਜਪਦੇ ਨੇ। ਦੇ ਧਿਆਨ ਰੂਪੀ ਨਾਮ ਦੇ ਰਾਸ ਦੇ ਅੰਮ੍ਰਿਤ ਰਾਸ ਵਿੱਚ ਜੀਵਨ ਜਿਉਂਦੇ ਨੇ ਆਖਵਾ ਉਹਨਾਂ ਦੀ ਸੋਚ ਸੁਭਾਅ ਵਿੱਚ ਸੱਚੇ ਗਿਆਨ ਨੇ ਗੁਰੂ ਦੇ ਉਪਦੇਸ਼ ਨੇ ਐਸੀ ਕਿਰਪਾ ਕਰਨੀ ਹੈ ਪਰ ਪੰਚ ਧਰੋਹ ਮੋਹ ਮਿਟਾਈ ਵਾਹਿਗੁਰੂ ਸੁਭਾਅ ਕਰਨਾ ਪਰ ਪੰਚ ਧਰੋਹ ਮੋਹ ਮਿਟਨਾਈ ਪਰ ਪੰਚ ਧੋਖੇ ਦੀ ਭਾਵਨਾ ਕਪਟ ਦੀ ਭਾਵਨਾ ਤੇ ਦੁਨਿਆਵੀ ਕੁਸੰਗੀ ਰਸਾਂ ਦੇ ਵਿੱਚ ਖਿੱਚ ਮੋਹ ਮਿਟਾ ਦਿੰਦੇ ਨੇ ਗੁਰੂ ਦੇ ਉਪਦੇਸ਼ ਆਖੋ ਵਾਹਿਗੁਰੂ ਜਾ ਕੇ ਰੱਖੋ ਆਪ ਗਸਾਈ ਜਿਨ੍ਹਾਂ ਤੇ ਵਾਹਿਗੁਰੂ ਜੀ ਆਪ ਮਾਲਕ ਬਣ ਕੇ ਰੱਖਿਆ ਕਰਦੇ ਨੇ ਬਖਸ਼ਿਸ਼ ਦਿੰਦੇ ਨੇ ਜਿਨ੍ਹਾਂ ਤੇ ਬਖਸ਼ਿਸ਼ ਦਿੰਦੇ ਨੇ ਪਾਤਸ਼ਾਹ 70 ਸਿਰਸੂ ਪਾਤਸ਼ਾਹਾਂ ਦੇ ਪਾਤਸ਼ਾਹ ਵਾਹਿਗੁਰੂ ਜੀ ਦੀ ਛਤਰ ਛਾਇਆ ਉਹਨਾਂ ਦੇ ਸਿਰ ਤੇ ਹੁੰਦੀ ਹੈ ਹਰ ਬੇਲੇ ਰੱਬ ਦੇ ਨਿਜ਼ਮ ਅਨਸਾਰ ਉਹਨਾਂ ਦੇ ਲਈ ਗੁਰੂ ਦੇ ਮਿਸ਼ਨ ਤੇ ਤੁਰਨ ਦੇ ਲਈ ਸਭਬ ਚਾਂਸ ਬਣਦੇ ਨੇ ਆਖੋ ਵਾਹਿਗੁਰੂ ਜਦੋਂ ਸਾਡੇ ਅੰਦਰ ਗੁਰੂ ਦੇ ਲਈ ਰੱਬ ਦੇ ਲਈ ਆਪਾਂ ਵਾਰਨ ਦੀ ਸੋਚ ਬਣਦੀ ਹੈ ਨਾ ਕੌਮ ਲਈ ਕੁਝ ਕਰੀਏ ਸਮਾਜ ਲਈ ਕੁਝ ਕਰੀਏ ਪਰਪਕਾਰ ਕਰੀਏ ਜ਼ਿੰਦਗੀ ਦੀਆਂ ਲੋੜਾਂ ਨੇ ਪਰਿਵਾਰਕ ਲੋੜਾਂ ਨੇ ਸਮਾਜਿਕ ਸਿਸਟਮ ਐ ਬੜੇ ਤਰ੍ਹਾਂ ਦੇ ਬੰਧਨ ਨੇ ਪਰ ਜਦੋਂ ਭਾਵਨਾ ਬਣਦੀ ਨਾ ਜਿਹਦੇ ਤੇ ਰੱਬ ਦੀ ਛਤਰ ਛਾਇਆ ਹੁੰਦੀ ਨਾ ਉਹਦੇ ਲਈ ਸਬੱਬ ਬਣਦੇ ਜਾਂਦੇ ਨੇ ਚਾਂਸ ਬਣਦੇ ਜਾਂਦੇ ਨੇ ਵਿਧੀਆਂ ਬਣਦੀਆਂ ਨੇ ਕਿਉਂਕਿ ਬਿਦਾਤਾ ਨੇ ਵਾਹਿਗੁਰੂ ਜੀ ਨਾਨਕ ਦੂਸਰੇ ਅਵਰਨਾ ਕੋਉ ਇਹ ਨਾਨਕ ਜੀ ਵਾਹਿਗੁਰੂ ਜੀ ਤੋਂ ਬਿਨਾ ਹੋਰ ਕੋਈ ਨਹੀਂ ਜਿਹੜਾ ਹਰ ਵੇਲੇ ਹਰ ਸਮੇਂ ਹਰ ਸਿਚੁਏਸ਼ਨ ਦੇ ਵਿੱਚ ਮਦਦਗਾਰ ਹੋਵੇ ਬਾਕੀ ਓਟ ਆਸਰੇ ਪਰ ਪੱਕ ਨਹੀਂ ਹੈ ਬੱਚੇ ਨੇ ਇੱਕੋ ਇੱਕ ਆਸਰਾ ਮੇਰੇ ਵਾਹਿਗੁਰੂ ਜੀ ਦਾ ਤੇ ਗੁਰੂ ਸਾਹਿਬ ਦਾ ਜਿਹੜਾ ਸਦਾ ਨਾਲ ਨਿਭਦਾ ਹੈ ਸਲੋਕ ਹਾਏ ਕਾਟੇ ਮਿਟੇ ਗਵਨ ਤਹ ਪਈ ਮਨ ਜੀਤ ਆਦਤਾਂ ਦੀ ਫਾਂਸੀ ਕੱਟੀ ਜਾਂਦੀ ਹੈ ਮਾਨੰਦਾ ਬਾਰ-ਬਾਰ ਦੁਨਿਆਵੀ ਰਸਾਂ ਵਾਲੇ ਪਾਸੇ ਕੁਸੰਗ ਵਾਲੇ ਪਾਸੇ ਪਛੂ ਪਰਵਿਰਤੀਆਂ ਕੁਸੰਗੀ ਬਿਰਤੀਆਂ ਵਾਲੇ ਪਾਸੇ ਦੀ ਜਿਹੜੀ ਖਿੱਚ ਹੈ ਨਾ ਆਵਣਾ ਜਾਵਣਾ ਉਹ ਮਿਟ ਜਾਂਦਾ ਮਿਟੇ ਗਵਨ ਫਿਰ ਤਾਂ ਗੁਰੂ ਦੀ ਬਖਸ਼ਿਸ਼ ਦੀ ਪ੍ਰਾਪਤੀ ਹੀ ਸਭ ਤੋਂ ਵੱਡੀ ਪ੍ਰਾਪਤੀ ਲੱਗਦੀ ਆਖ ਵਾਹਿਗੁਰੂ ਇਹਦਾ ਮਤਲਬ ਇਹ ਨਹੀਂ ਕਿ ਉਹ ਗੁਰਸਿੱਖ ਪਰਿਵਾਰਕ ਲੋੜਾਂ ਲਈ ਕੰਮ ਕਾਰ ਛੱਡ ਦਿੰਦੇ ਨੇ ਨਹੀਂ ਕਰਦੇ ਨੇ ਉਹ ਜ਼ਿੰਦਗੀ ਦਾ ਬੈਲੈਂਸ ਬਣਾ ਕੇ ਰੱਖਦੇ ਨੇ ਪਰਿਵਾਰਿਕ ਲੋੜਾਂ ਦੇ ਲਈ ਬੱਚਿਆਂ ਨੂੰ ਪਾਲਣਾ ਪੋਸ਼ਣਾ ਬੱਚਿਆਂ ਨੂੰ ਵੈਲ ਸੈਟਲਡ ਕਰਨਾ ਹੈ ਬੱਚਿਆਂ ਨੂੰ ਪੜਾਉਣਾ ਹੈ ਇਹਦੇ ਲਈ ਪੈਸਾ ਕਮਾਉਣ ਲਈ ਯਤਨ ਕਰਦੇ ਨੇ ਪਰ ਜ਼ਿੰਦਗੀ ਦਾ ਬੈਲੈਂਸ ਬਣਾ ਕੇ ਰੱਖਦੇ ਨੇ ਇਸੇ ਨੂੰ ਸਭ ਕੁਝ ਨਹੀਂ ਸਮਝਦੇ ਉਹ ਪਰਪਕਾਰ ਦੇ ਮਿਸ਼ਨ ਤੇ ਬਿਜ਼ਨੈਸਰੀ ਹੋ ਕੇ ਗੁਰੂ ਦੇ ਮਿਸ਼ਨ ਤੇ ਤੁਰਦੇ ਨੇ ਉਹ ਫਸਟ ਜਿਹੜੀ ਹੈ ਪ੍ਰਾਇੋਰਟੀ ਮਹੱਤਤਾ ਇੰਪੋਰਟੈਂਸ ਗੁਰੂ ਦੇ ਮਾਰਗ ਨੂੰ ਦਿੰਦੇ ਨੇ ਇਹਨੂੰ 1 ਨੰਬਰ ਤੇ ਰੱਖਦੇ ਨੇ ਬਾਕੀ ਸਭ ਕੁਝ ਨੂੰ ਦੂਜੇ ਤੀਜੇ ਚੌਥੇ ਲਾਸਟ ਨੰਬਰ ਤੇ ਰੱਖਦੇ ਨੇ ਉਹਨਾਂ ਨੂੰ ਪ੍ਰਾਇਰਟਾਈਜ਼ ਕਰਨਾ ਆ ਜਾਂਦਾ ਹੈ ਸਰਜੀਹ ਦੇਣੀ ਆ ਜਾਂਦੀ ਹੈ ਕਦੋਂ ਕੀ ਕਰਨਾ ਹੈ ਕਿਸ ਲਈ ਕਿੰਨਾ ਕਰਨਾ ਹੈ ਉਹਨਾਂ ਦਾ ਮਨ ਫਿਰ ਇਸ ਰਸ ਦੇ ਉੱਪਰ ਤੁਰਦਾ ਹੈ ਉਹ ਜਿਹੜਾ ਆਵਾਗਮਨ ਹੈ ਨਾ ਮਨ ਦਾ ਮਿਟ ਜਾਂਦਾ ਹੈ ਫਤੇ ਭਈ ਮਨਜੀਤ ਮਨ ਦੇ ਉੱਪਰ ਜਿੱਤ ਪਾ ਲੈਂਦੇ ਨੇ ਔਰ ਜ਼ਿੰਦਗੀ ਨੂੰ ਸਫਲ ਕਰਦੇ ਨੇ ਫਤਿਹ ਪਈ ਨਾਨਕ ਗੁਰ ਤੇ ਥਿਤ ਪਾਈ ਫਿਰਨ ਮਿਟੇ ਨਿਤ ਨੀਤ ਹੈ ਨਾਨਕ ਜੀ ਗੁਰ ਸਰੂਪ ਤੋਂ ਸੱਚੇ ਗਿਆਨ ਤੋਂ ਗੁਰਬਾਣੀ ਦੇ ਅੰਦਰ ਜੋ ਗੁਰ ਸਰੂਪ ਹੈ ਗੁਰੂ ਦੇ ਉਪਦੇਸ਼ ਨੇ ਸਿੱਖਿਆਵਾਂ ਨੇ ਉਹਦੇ ਤੋਂ ਫਿਰ ਆਤਮਿਕ ਜੀਵਨ ਤੇ ਆਤਮਿਕ ਅਡੋਲਤਾ ਦਾ ਟਿਕਾਣਾ ਮਿਲ ਜਾਂਦਾ ਥਿਤ ਪਾਈ ਅਸਲੀ ਟਿਕਾਣਾ ਅਸਲੀ ਅਵਸਥਾ ਪਾਲੀ ਫਿਰਨ ਮਿਟੇ ਮਨ ਦਾ ਦੂਸਰੇ ਪਾਸੇ ਭੱਜਣਾ ਟਟਕਣਾ ਮਿਟ ਗਿਆ ਨਿਤਨੀਤ ਹਰ ਵੇਲੇ ਉਹ ਇਸ ਮਾਰਗ ਤੇ ਸੁਚੇਤ ਹੋ ਕੇ ਤੁਰਦੇ ਰਹਿੰਦੇ ਨੇ ਆਖ ਵਾਹਿਗੁਰੂ ਪੌੜੀ ਅਫਾ ਫਿਰਤ ਫਿਰਤ ਤੂੰ ਆਇਆ ਅਫੇ ਅੱਖਰ ਤੋਂ ਸਾਰੇ ਨੇ ਮਨਾ ਤੂੰ ਪਤਾ ਨਹੀਂ ਕਿਹੜੇ ਕਿਹੜੇ ਰਸਾਂ ਵਿੱਚ ਫਿਰਦਾ ਹੈ ਪਤਾ ਨਹੀਂ ਕਿੱਧਰ ਕਿੱਧਰ ਦੀ ਤੈਨੂੰ ਖਿੱਚ ਹੈ ਅੱਜ ਆ ਫਿਰਦਾ ਜਦੋਂ ਤੂੰ ਆਇਆ ਦੁਲਬ ਦੇ ਕਲਯੁਗ ਮਹਿ ਪਾਇਆ ਹੁਣ ਇਹਨੂੰ ਸਮਝਿਓ ਅਸੀਂ ਸਰੀਰਿਕ ਤੌਰ ਤੇ ਜੋੜ ਰਹੇ ਹਾਂ ਸਰੀਰਿਕ ਤੌਰ ਤੇ ਜੋੜਦੇ ਹਾਂ ਕਿ ਜਨਮ ਤੋਂ ਪਹਿਲਾਂ ਮਨ ਪਤਾ ਨਹੀਂ ਕਿਤੇ ਕਿਤੇ ਫਿਰਦਾ ਆਇਆ ਜਨਮ ਤੋਂ ਪਹਿਲਾਂ ਕੀ ਸੀ ਸਾਨੂੰ ਭੇਦ ਨਹੀਂ ਆ ਸਕਦਾ ਨਹੀਂ ਆ ਰਿਹਾ ਕਿਸੇ ਨੂੰ ਕੋਈ ਯਾਦ ਨਹੀਂ ਮਰਨ ਤੋਂ ਬਾਅਦ ਕੀ ਸੀ ਗੁਰਬਾਣੀ ਕਹਿੰਦੀ ਭੇਤ ਚੇਤ ਹਰ ਕਿਸੇ ਨੇ ਮਿਲਿਓ ਜਾਂ ਜੰਮ ਪਕੜ ਚਲਾਇਆ ਉਹਦਾ ਭੇਤ ਚੇਤਨੀ ਮਿਲਦਾ ਕਿਸੇ ਨੂੰ ਜਦੋਂ ਇਹ ਜਿਹੜਾ ਮਨ ਹੈ ਨਾ ਮਾਤਾ ਦੀ ਗੋਦੀ ਦੇ ਵਿੱਚ ਦੁੱਧ ਚੁੰਘਦੇ ਆਂ ਮਾਂ ਦੀ ਗੋਦੀ ਚ ਦੁੱਧ ਚੁੰਘਦੇ ਆਂ ਇਹ ਆਤਮਿਕ ਜੀਵਨ ਵਿੱਚ ਹੀ ਸੀ ਗੁਣਾ ਵਾਲਾ ਜੀਵ ਨਹੀਂ ਸੀ ਹੌਲੀ ਹੌਲੀ ਇਹ ਕਿੱਥੇ ਪੈਦਾ ਹੋਈ ਦੂਜੇ ਪਾਸੇ ਚਲਿਆ ਗਿਆ ਤੇ ਜਦੋਂ ਇਹਨੂੰ ਸੋਝੀ ਆਉਂਦੀ ਹੈ ਗੁਰੂ ਦੀਆਂ ਗੱਲਾਂ ਸੁਣ ਕੇ ਗੁਰੂ ਦੇ ਉਪਦੇਸ਼ ਸੁਣ ਕੇ ਗੁਰੂ ਦੇ ਵਿਰਸੇ ਦੇ ਗਿਆਨ ਨਾਲ ਇਸ ਪਾਸੇ ਆਉਂਦਾ ਤੇ ਪਿਆਰੇ ਇਹ ਗੱਲ ਸਮਝ ਲੈ ਤੇਰੇ ਅੰਦਰ ਕਲਯੁਗ ਦਾ ਮਾਹੌਲ ਬਣਿਆ ਹੋਇਆ ਹੈ ਤੇ ਤੈਨੂੰ ਇਹ ਦੁਰਲਭ ਦੇ ਜਾਨੀ ਆਤਮਿਕ ਜੀਵਨ ਦੀ ਪ੍ਰਾਪਤੀ ਦਾ ਇਹ ਮੌਕਾ ਮਿਲ ਰਿਹਾ ਹੈ ਜੇ ਤੂੰ ਹੁਣ ਨਾ ਸਮਝਿਆ ਇਹ ਸਾਤਮਿਕ ਜੀਵਨ ਦੀ ਵੈਲਿਊ ਨਾ ਸਮਝ ਸਕਿਆ ਫਿਰ ਇਹ ਔਸਰ ਚਰਨ ਹਾਥਾ ਫਿਰ ਤੇਰਾ ਇਹ ਔਸਰ ਇਸ ਸਮਾਂ ਹੱਥ ਨਹੀਂ ਲੱਗੇਗਾ ਇਹਨੂੰ ਸਮਝਿਓ ਥੋੜਾ ਜਿਹਾ ਇਹ ਸਿਚੁਏਸ਼ਨ ਨੂੰ ਸਮਝਿਓ ਅਗਰ ਘਰ ਦੇ ਵਿੱਚ 8 ਸਾਲ ਦੀ ਉਮਰ ਤੱਕ 9 ਸਾਲ ਦੀ ਉਮਰ ਤੱਕ ਜਾਂ 12 ਸਾਲ ਦੀ ਉਮਰ ਤੱਕ ਕਿਉਂਕਿ ਗੋਰਿਆਂ ਮੁਤਾਬਕ 12 ਤੋਂ ਬਾਅਦ ਟੀਨੇਜ ਸ਼ੁਰੂ ਹੋ ਜਾਂਦਾ ਜਿੱਥੇ ਪਿੱਛੇ ਟੀਨ ਲੱਗਦਾ 13 14 19 ਤੱਕ 18ੇਜ ਮੰਨਦੇ ਨੇ 13 ਤੋਂ 19 ਸਾਲ ਤੱਕ 12 ਸਾਲ ਦੀ ਉਮਰ ਤੱਕ ਜੇ ਬੱਚੇ ਨੂੰ 10 ਗੁਰੂਆਂ ਦਾ ਇਤਿਹਾਸ ਤੁਸੀਂ ਨਹੀਂ ਪੜ੍ਹਾ ਸਕੇ ਪੰਜਾਬੀ ਨਹੀਂ ਸਿਖਾ ਸਕੇ ਉਹਨੂੰ ਗੁਰਬਾਣੀ ਦੇ ਅਰਥ ਨਹੀਂ ਸਿਖਾ ਸਕੇ ਤੇ ਉਹ ਟੀਨੇਜ ਵਿੱਚ ਚਲਾ ਜਾਏਗਾ ਉਹਦਾ ਬਚਪਨ ਦੁਬਾਰੇ ਨਹੀਂ ਆਏਗਾ ਕਨਸੈਪਟ ਹੈ ਫਿਰ ਐਵਸਰ ਚਲਣਾ ਨਾ ਹਾਥਾ ਕਿਰੇ ਦੁਬਾਰੇ ਨਹੀਂ ਆਉਂਦਾ ਜਿਹੜਾ ਸਮਾਂ ਤੂੰ ਕੋ ਸੰਗ ਵਿੱਚ ਬਿਤਾ ਲਿਆ ਪਿਆਰਿਆ ਜਿਹੜਾ ਸਮਾਂ ਪਸ਼ੂ ਪ੍ਰਵਿਰਤੀਆਂ ਵਿੱਚ ਬਚਾ ਲਿਆ ਬਿਤਾ ਲਿਆ ਉਹ ਸਮਾਂ ਵਾਪਸ ਨਹੀਂ ਆਉਣਾ ਮਨਾ ਜੇ ਤੈਨੂੰ ਸੋਝੀ ਆਈ ਹੈ ਤੇਰੇ ਅੰਦਰ ਜਿਹੜਾ ਕਲਯੁਗੀ ਮਾਹੌਲ ਬਣਿਆ ਹੈ ਇਸ ਵਿੱਚ ਤੈਨੂੰ ਆਤਮਿਕ ਜੀਵਨ ਵਾਲੇ ਪਾਸੇ ਜੇ ਤੂੰ ਫਿਰਦਾ ਫਿਰਦਾ ਮਨਾ ਆ ਗਿਆ ਹੈ ਤੇ ਇਸ ਨੂੰ ਸਮਝ ਇਹ ਸਮਾਂ ਦੁਬਾਰੇ ਨਹੀਂ ਆਉਣਾ ਆਖੋ ਵਾਹਿਗੁਰੂ ਜੇ ਵੀ ਗਵਾ ਲਿਆ ਨਾ ਤੇ ਜਿਹੜਾ ਸਮਾਂ ਇੱਕ ਵਾਰੀ ਲੰਘ ਗਿਆ ਨਾ ਦੁਬਾਰੇ ਨਹੀਂ ਆਉਂਦਾ ਨਦੀ ਨਾਵ ਸੰਯੋਗੀ ਮੇਲਾ ਕਿਸ਼ਤੀ ਪਾਣੀ ਦੇ ਉੱਪਰ ਤਰਦੀ ਹੈ ਪਾਣੀ ਕਿਸ਼ਤੀ ਨਾਲ ਟੱਚ ਕਰਕੇ ਲੰਘ ਜਾਂਦਾ ਹੈ ਜਿਹੜਾ ਇੱਕ ਵਾਰੀ ਲੰਘ ਗਿਆ ਦੁਬਾਰੇ ਨਹੀਂ ਆਉਂਦਾ ਆਖੋ ਵਾਹਿਗੁਰੂ ਇਸ ਲਈ ਸਮੇਂ ਦੀ ਵੈਲਿਊ ਨੂੰ ਸਮਝ ਸਮੇਂ ਦੀ ਕੀਮਤ ਨੂੰ ਸਮਝ ਇੱਕ ਇੱਕ ਸਵਾਸ ਕੀਮਤੀ ਹੈ ਜੇ ਤੈਨੂੰ ਕੀਮਤ ਪਤਾ ਲੱਗੀ ਪਿਆਰਿਆ ਜ਼ਿੰਦਗੀ ਦੀ ਸਵਾਸਾਂ ਦੀ ਨਾਮ ਜਪਾਹ ਤਾ ਉਹ ਕਟੀਆਂ ਫਾਸਾ ਫਿਰ ਵਾਹਿਗੁਰੂ ਜੀ ਦਾ ਨਾਮ ਜਪਣ ਦੇ ਨਾਲ ਨਾਮ ਦਾ ਇੱਕ ਹਿੱਸਾ ਗਿਆਨ ਹੈ ਉਹ ਉਪਦੇਸ਼ ਹੈ ਉਹਨੂੰ ਮੰਨਣਾ ਜਪਣਾ ਹੈ ਜਪ ਨਾਮ ਦੀ ਬਾਣੀ ਅੰਦਰ ਚਾਰ ਪੌੜੀਆਂ ਵਿੱਚ ਨਾਮ ਸ਼ਬਦ ਆਇਆ ਉਥੇ ਮੰਨਣ ਦੀ ਗੱਲ ਕੀਤੀ ਹੈ ਜੇ ਕੋ ਮੰਨ ਜਾਣਾ ਹੈ ਮਾਨ ਕੋਈ ਮੰਨਿਆ ਉਪਦੇਸ਼ ਨੂੰ ਜਾਂਦਾ ਹੈ ਗਿਆਨ ਨੂੰ ਮੰਨਿਆ ਜਾਂਦਾ ਹੈ ਗਿਆਨੁਪੀ ਨਾਮ ਨੂੰ ਮੰਨਣਾ ਗਿਆਨੁਪੀ ਨਾਮ ਨੂੰ ਜਪਣਾ ਹੈ ਨਾਮ ਦਾ ਜਿਹੜਾ ਧਿਆਨ ਹਿੱਸਾ ਹੈ ਤੇਰੇ ਅੰਦਰ ਹਰ ਵੇਲੇ ਧਿਆਨ ਹੋਵੇ ਵਾਇਗੁਰੂ ਦੀ ਮਿੱਠੀ ਮਿੱਠੀ ਯਾਦ ਭੈ ਭਾਵਨੀ ਸ਼ੁਕਰਾਨਾ ਇਹਦੇ ਨਾਲ ਜਿਹੜੀ ਆਦਤਾਂ ਦੀ ਫਾਂਸੀ ਐ ਨਾ ਉਹ ਕੱਟੀ ਜਾਂਦੀ ਆਖੋ ਵਾਇਗੁਰੂ ਫਿਰ ਫਿਰ ਆਵਨ ਜਾਣ ਨਾ ਹੋਈ ਤੇ ਜਿਹੜਾ ਮਨ बार-बार ਉਧਰ ਭਜਦਾ ਸੀ ਨਾ ਇਹਦੇ ਅੰਦਰ ਇਹ ਝਟਕਣਾ ਨਹੀਂ ਰਹਿੰਦੀ ਕਿਉਂਕਿ ਇਸ ਮਾਰਗ ਤੇ ਤੁਰਨ ਦੀ ਇੱਕ ਲਗਨ ਜਾਂ ਨੂਨ ਜਜ਼ਬਾ ਰਸ ਮਿਲ ਜਾਂਦਾ ਆਖੋ ਵਾਇ ਇਕਾ ਹੈ ਇਕ ਜਪ ਉਹ ਜਪ ਸੋਈ ਇਸ ਲਈ ਭਾਈ ਉਸ ਇੱਕ ਓੰਕਾਰ ਵਾਹਿਗੁਰੂ ਜੀ ਨੂੰ ਜਪਨਾ ਸਿੱਖ। ਉਹਨੂੰ ਸਮਰਪਿਤ ਹੋ ਕੇ ਜੀਵਨ ਜਿਉ। ਵਾਹਿਗੁਰੂ ਜੀ ਦੀ ਬਖਸ਼ਿਸ਼ ਨੂੰ ਆਪਣੀ ਜ਼ਿੰਦਗੀ ਦੀ ਮੰਜ਼ਲ ਸਮਝ। ਅਰਦਾਸ ਕਰਨੀ ਸਿਖਾਈਏ ਕਰਹੁ ਕਿਰਪਾ ਪ੍ਰਭ ਕਰਨੈ ਹਾਰੇ ਏ ਵਾਹਿਗੁਰੂ ਜੀ ਤੁਸੀਂ ਕਰਨ ਹਾਰੇ ਹੋ। ਸਾਨੂੰ ਇਸ ਮਾਰਗ ਤੇ ਤੁਰਨ ਦੇ ਲਈ ਗੂੜੀ ਪ੍ਰੀਤ ਚਾਹੀਦੀ ਹੈ। ਸਾਡੇ ਅੰਦਰ ਜਜ਼ਬਾ ਚਾਹੀਦਾ ਹੈ ਭਾਵਨਾ ਚਾਹੀਦੀ ਹੈ ਲਗਨ ਚਾਹੀਦੀ ਹੈ ਗੁਣ ਚਾਹੀਦੇ ਨੇ ਵਿਰੂ ਦੇ ਉਪਦੇਸ਼ ਦੀ ਸੋਝੀ ਚਾਹੀਦੀ ਹੈ ਵਾਹਿਗੁਰੂ ਜੀ ਉਹਦੇ ਲਈ ਸਾਰੇ ਸਬੱਬ ਤੁਸੀਂ ਬਣਾ ਸਕਦੇ ਹੋ ਕਰਨਾ ਹਾਰ ਹੁੰਦ ਸੀ ਚਾਂਸ ਤੁਸੀਂ ਬਣਾਉਨੇ ਆ ਜਿੱਦਾਂ ਵੱਡਾ ਵਿਸ਼ਵਾਸ ਹੁੰਦਾ ਹੈ ਨਾ ਵਾਹਿਗੁਰੂ ਜੀ ਆਪੇ ਰਾਹ ਖੋਲਦੇ ਨੇ ਆਖੋ ਵਾਹਿਗੁਰੂ ਵਿਸ਼ਵਾਸ ਨੂੰ ਭਾਵਨਾ ਨੂੰ ਫਲ ਲੱਗਦੇ ਨੇ ਜਿੱਦਾ ਵਿਸ਼ਵਾਸ ਕੱਚਾ ਜਿੱਦੀ ਭਾਵਨਾ ਕੱਚੀ ਉਹ ਡੋਲ ਜਾਏਗਾ ਗੁਰੂ ਦੇ ਮਾਰਗ ਤੇ ਤੁਰ ਨਹੀਂ ਸਕੇਗਾ ਵਾਹਿਗੁਰੂ ਜੀ ਕਿਰਪਾ ਕਰੋ ਤੁਸੀਂ ਕਰਨੇ ਹਾਰੇ ਹੂੰ ਵਿਧੀਆਂ ਵਰਤੌਣ ਵਾਲੇ ਵਿਧਾਤਾ ਹੂੰ ਸਬਬ ਬਣਾਉਣ ਵਾਲੇ ਚਾਂਸ ਬਣਾ ਦੇਣ ਵਾਲੇ ਕਰਨ ਹਾਰ ਹੂੰ ਵਾਹਿਗੁਰੂ ਜੀ ਮੇਲ ਲੇਹ ਨਾਨਕ ਬੇਚਾਰੇ ਨਾਨਕ ਜੀ ਨਾਨਕ ਨੂੰ ਵਿਚਾਰੇ ਨੂੰ ਮੇਲ ਲਓ ਇਦਾਂ ਸ਼ਬਦ ਵਰਤ ਕੇ ਗੁਰੂ ਅਰਜਨ ਦੇਵ ਸਾਹਿਬ ਜੀ ਸਾਨੂੰ ਅਰਦਾਸ ਕਰਨੀ ਸਿਖਾਉਂਦੇ ਨੇ ਵਾਹਿਗੁਰੂ ਜੀ ਅਸੀਂ ਅਣਜਾਣ ਹਾਂ ਅਸੀਂ ਸੋਜੀ ਤੋਂ ਸਖਣੇ ਹਾਂ ਸਾਨੂੰ ਮੇਲ ਲਾਓ ਹਰ ਵਰਤਾਰੇ ਤੋਂ ਛੋਟੀ ਵੱਡੀ ਘਟਨਾ ਤੋਂ ਉਹਦੇ ਘਟਨਾ ਵਿੱਚ ਛੁਪੀ ਹੋਈ ਤੁਹਾਡੀ ਸਿੱਖਿਆ ਤੁਹਾਡਾ ਉਪਦੇਸ਼ ਸੱਚਾ ਗਿਆਨ ਉਹਦੇ ਦੀਦਾਰ ਹੋ ਜਾਣ ਮਿਲਾਪ ਹੋ ਜਾਵੇ ਆਖੋ ਹਰ ਇੱਕ ਵਿੱਚ ਵਾਹਿਗੁਰੂ ਜੀ ਤੁਸੀਂ ਗੁਣ ਬਣ ਕੇ ਜੋਤ ਬਣ ਕੇ ਬੈਠੇ ਹੋ ਮਹਿਸੂਸ ਹੋ ਜਾਵੇ ਮਿਲਾਪ ਹੋ ਜਾਵੇ ਸੇ ਲੋਕ ਬੀਨੋ ਸੁਨੋ ਤੁਮ ਪਾਰ ਬ੍ਰਹਮ ਦੀਨ ਦਇਾਲ ਗੋਪਾਲ ਏ ਵਾਹਿਗੁਰੂ ਪਰਿਪੂਰਨ ਪਾਰ ਬ੍ਰਹਮ ਵਾਹਿਗੁਰੂ ਜੀ ਨੇ ਮਾਣਿਆ ਤੇ ਦਇਆ ਕਰਨ ਵਾਲੇ ਧਰਤੀ ਦੀ ਪਾਲਣਾ ਕਰਨ ਵਾਲੇ ਵਾਹਿਗੁਰੂ ਜੀ ਸਾਡੀ ਭਾਵਨਾ ਨੂੰ ਸੁਣੋ ਜਿੱਥੇ ਬੇਨਤੀ ਜਾਂ ਅਰਦਾਸ ਸ਼ਬਦ ਆਉਂਦਾ ਹੈ ਨਾ ਇਹ ਗੱਲ ਯਾਦ ਰੱਖਿਓ ਗੁਰਮਤ ਅਨਸਾਰ ਭਾਵਨਾ ਹੀ ਅਰਦਾਸ ਹੈ ਭਾਵਨਾ ਹੀ ਬੇਨਤੀ ਹੈ ਕਿਉਂਕਿ ਉਹ ਤਾਂ ਅੰਤਰਜਾਮੀ ਹੈ ਵਾਹਿਗੁਰੂ ਜੀ ਤਾਂ ਬੇਨ ਬੋਲਿਆ ਸਭ ਕੋ ਜਾਣਦਾ ਸਾਨੂੰ ਬੋਲ ਕੇ ਦੱਸਣ ਦੀ ਲੋੜ ਨਹੀਂ ਗੱਲ ਭਾਵਨਾ ਦੀ ਆਖੋ ਵਾਹਿਗੁਰੂ ਇਹ ਵਾਹਿਗੁਰੂ ਜੀ ਸੁਖ ਸੰਪੈ ਬਹੁ ਭੋਗ ਰਸ ਨਾਨਕ ਸਾਧਰਵਾਲ ਹੈ ਨਾਨਕ ਜੀ ਇੱਕ ਪਾਸੇ ਦੁਨੀਆ ਦੇ ਸੁਖ ਸੰਪੈ ਪ੍ਰੋਪਰਟੀ ਬਹੁਤ ਤਰ੍ਹਾਂ ਦੇ રસ ਨੇ স্বাদ ਨੇ প্রাপ্তیاں ਨੇ ਦੂਸਰੇ ਪਾਸੇ ਰੱਬ ਦੇ ਚਰਨ ਤੇ ਗੁਰੂ ਦੇ ਚਰਨ ਗੁਰੂ ਦੇ ਉਪਦੇਸ਼ ਨੇ ਸੱਚਾ ਗਿਆਨ ਹੈ ਉਹਦਾ ਪ੍ਰਭਾਵ ਅੰਦਰ ਪਹਿ ਜਾਣਾ ਤੇ ਸੁਭਾਅ ਗੁਰਮਖ ਸੋਚ ਗੁਰਮਖ ਬਣ ਜਾਣੀ ਇਹ ਧੂੜੀ ਹੈ ਵਾਹਿਗੁਰੂ ਜੀ ਇੱਕ ਪਾਸੇ ਹੈ ਕਿਰਪਾ ਕਰੋ ਐਸੀ ਅੰਦਰ ਭਾਵਨਾ ਬਣ ਜਾਵੇ ਕਿ ਦੁਨੀਆ ਦੇ ਸੁੱਖ ਸੰਪਤੀ ਭੋਗ ਰਸ ਆਦਿਕ ਤੇਰੀ ਚੰਨ ਤੂੜੀ ਤੇਰੀ ਬਖਸ਼ਿਸ਼ ਦੇ ਮੁਕਾਬਲੇ ਤੇ ਤੁੱਛ ਨੇ ਆਖੋ ਵਾਹਿਗੁਰੂ ਤੇਰੇ ਲਈ ਆਪਾ ਬਾਰ ਦਈਏ ਵਾਹਿਗੁਰੂ ਜੀ ਬਖਸ਼ਿਸ਼ ਲੈਣ ਲਈ ਆਪਾ ਬਾਰ ਦਈਏ ਜ਼ਿੰਦਗੀ ਸਫਲ ਕਰਨ ਦੇ ਲਈ ਪਰਪਕਾਰ ਲਈ ਆਪਾ ਬਾਰ ਦਈਏ ਦੁਨੀਆਂ ਦੀਆਂ ਪ੍ਰਾਪਤੀਆਂ ਘੱਟ ਵੀ ਰਹਿ ਗਈਆਂ ਕੋਈ ਗੱਲ ਨਹੀਂ ਆਖੋ ਵਾਹਿਗੁਰੂ ਪੌੜੀ ਬੱਬਾ ਬ੍ਰਹਮਜਾਨ ਤੇ ਬ੍ਰਹਮਾ ਬੱਬੇ ਅਖਰ ਤੋਂ ਉਪਦੇਸ਼ ਦੇ ਰਹੇ ਨੇ ਉਸ ਵੇਲੇ ਇੱਕਦਮ ਬ੍ਰਾਹਮਣ ਇਕ ਵੈਸ਼ ਖਤਰੀ ਜੀ ਨੂੰ ਕਹਿੰਦੇ ਸੀ ਵੈਸ਼ ਤੇ ਤੀਸਰੇ ਖਤਰੀ ਖਤਰਿਆਂ ਨੂੰ ਸੂਰਮੇ ਕਹਿੰਦੇ ਸੀ ਚੌਥਾ ਸੂਦਰ ਇਹ ਚਾਰ ਵਰਨ ਨੂੰ ਮੰਨਦੇ ਸੀ ਉਹ ਕਹਿੰਦੇ ਸੀ ਜਿਹੜਾ ਬ੍ਰਾਹਮਣ ਦੇ ਘਰ ਪੈਦਾ ਹੋ ਗਿਆ ਉਹ ਬ੍ਰਾਹਮਣ ਹੈ ਜਿਹੜਾ ਵੈਸ਼ਣੂ ਦੇ ਘਰ ਪੈਦਾ ਹੋ ਗਿਆ ਉਹ ਵੈਸ਼ ਹੈ ਜਿਹੜਾ ਖਤਰੀ ਦੇ ਘਰ ਪੈਦਾ ਹੋ ਗਿਆ ਖਤਰੀ ਹੈ ਸਤਿਗੁਰੂ ਸੱਚੇ ਪਾਤਸ਼ਾਹ ਹੁਣ ਉਹਨਾਂ ਮੁਤਾਬਕ ਬ੍ਰਾਹਮਣ ਦੇ ਅਰਥ ਕੀ ਨੇ ਵੈਸ਼ ਦੇ ਅਰਥ ਕੀ ਨੇ ਸੁਰਮੇ ਦੇ ਅਰਥ ਕੀ ਨੇ ਉਹ ਉਹਨਾਂ ਨੂੰ ਮੁਬਾਰਕ ਹੈ ਸਤਿਗੁਰੂ ਦੀ ਅਸਲੀਅਤ ਦੱਸ ਰਹੇ ਨੇ ਬੱਬਾ ਬ੍ਰਹਮ ਗਿਆਨਤ ਤੇ ਬ੍ਰਹਮ ਜੀ ਨੇ ਬ੍ਰਹਮ ਦੇ ਨਾਲ ਵਾਹਿਗੁਰੂ ਜੀ ਦੇ ਨਾਲ ਗੂੜੀ ਸਾਂਝ ਪਾ ਲਈ ਭਾਵ ਜਿਹੜਾ ਜੀਵਨ ਰੱਬ ਨੂੰ ਸਮਰਪਿਤ ਹੋ ਗਿਆ ਕਰਮਕ ਸੁਭਾਅ ਤੇ ਗੁਰਮਤ ਵਾਲੀ ਸੋਚ ਵਾਲਾ ਆਤਮਿਕ ਜੀਵਨ ਜਿਹੜਾ ਜਿਉਂਦਾ ਹੈ ਉਹ ਬ੍ਰਹਮਾ ਅਸਲੀ ਬ੍ਰਾਹਮਣ ਉਹ ਹੈ ਦੁਨੀਆਂ ਦੇ ਲੋਕ ਧਰਮ ਨੂੰ ਸਰੀਰਕ ਲੈਵਲ ਤੇ ਸਮਝਾਉਂਦੇ ਸੀ ਸਰੀਰ ਨਾਲ ਜੋੜਦੇ ਸੀ ਸਰੀਰ ਦੇ ਕਰਮਾਂ ਦੀ ਗੱਲ ਕਰਦੇ ਸੀ ਗੁਰੂ ਨੇ ਮਨ ਤੇ ਸੁਭਾਅ ਦੀ ਗੱਲ ਕੀਤੀ ਹੈ ਸੋਚ ਦੀ ਗੱਲ ਕੀਤੀ ਹੈ ਅੰਦਰਲੇ ਜੀਵਨ ਦੀ ਗੱਲ ਕੀਤੀ ਹੈ ਖੋ ਆਏ ਗੁਰੂ ਇਦਾਂ ਕਹਿ ਲੋ ਕਿ ਦੁਨੀਆਂ ਪੱਤੇ ਫਲ ਟਾਹਣੀਆਂ ਮੋਢ ਇਹਦੇ ਤੇ ਜ਼ੋਰ ਦਿੰਦੇ ਸੀ ਗੁਰੂ ਸਾਹਿਬ ਨੇ ਬੀਜ ਤੇ ਜੋਰ ਦਿੱਤਾ ਤਤ ਤੇ ਜੋਰ ਦਿੱਤਾ ਮੂਲ ਤੇ ਜੋਰ ਦਿੱਤਾ ਆਖੋ ਜੇ ਅੰਦਰਲਾ ਜੀਵਨ ਤੇਰਾ ਰੱਬ ਨੂੰ ਸਮਰਪਿਤ ਹੈ ਤਾਂ ਤੂੰ ਅਸਲੀ ਧਰਮੀ ਹੈ ਅਸਲੀ ਬ੍ਰਾਹਮਣ ਹੈ ਵੈਸ਼ਨੋ ਤੇ ਗੁਰਮੁਖ ਸੱਚ ਧਰਮਾ ਉਹ ਕਹਿੰਦੇ ਵੈਸ਼ ਹੈ ਸਤਗੁਰੂ ਕਹਿੰਦੇ ਫਿਰ ਉਹ ਕਹਿੰਦੇ ਵੈਸ਼ਨੂ ਹੈ ਜੀ ਕਿਸੇ ਦਾ ਹੱਥ ਦਾ ਨਹੀਂ ਖਾਂਦਾ ਜੀ ਸੁਚਮਤਾ ਰੱਖਦਾ ਹੈ ਜੀ ਸਤਗੁਰੂ ਕਹਿੰਦੇ ਪਿਆਰਿਓ ਅਸਲੀ ਤਾਂ ਇਹ ਹੈ ਗੁਰੂ ਦੇ ਮੁਖ ਵਿੱਚੋਂ ਨਿਕਲਿਆ ਉਪਦੇਸ਼ ਸੱਚਾ ਗਿਆਨ ਉਹਨੂੰ ਜ਼ਿੰਦਗੀ ਚ ਜਿਉਣ ਵਾਸਤੇ ਜਿਹੜੀ ਅੰਦਰਲੀ ਸੁਚਮਤਾ ਹੈ ਨਾ ਬੁਰੀਆਂ ਆਦਤਾਂ ਤੋਂ ਬਚ ਕੇ ਗੁਣਾ ਵਾਲਾ ਜੀਵਨ ਉਹ ਸੁਚਮਤਾ ਹੀ ਅਸਲੀ ਧਰਮ ਹੈ ਤੇ ਉਹ ਧਰਮ ਨਿਭਾਉਣ ਵਾਲਾ ਹੀ ਅਸਲੀ ਵੈਸ਼ਨੂ ਹੈ ਬੀਰਾ ਆਪਨ ਬੁਰਾ ਮਿਟਾਵੈ ਤਿਸਰਾ ਸਿਉ ਕਹਿੰਦੇ ਖਤਰੀ ਖਤਰੀ ਸੂਰਮੇ ਨੇ ਸਤਿਗੁਰੂ ਕਹਿੰਦੇ ਅਸਲੀ ਸੂਰਮਾ ਉਹ ਹੈ ਪਿਆਰਿਓ ਜਿਹੜਾ ਆਪਣੇ ਅੰਦਰੋਂ ਆਪਨ ਬੁਰਾ ਮਿਟਾਵੈ ਦੂਸਰੇ ਪ੍ਰਤੀ ਬੁਰੀ ਭਾਵਨਾ ਵੈਰ ਵਿਰੋਧ ਧੜੇ ਬੰਦੀਆਂ ਦੀ ਭਾਵਨਾ ਜਿਹੜੇ ਮਿਟਾ ਲੈਂਦੇ ਨੇ ਅਸਲੀ ਸੂਰਮੇ ਉਹ ਨੇ ਆਖ ਵਾਈ। ਤਾਹੂ ਬੁਰਾ ਨਿਕਟ ਨਹੀਂ ਆਵੇ ਆ ਬੜੀ ਕਮਾਲ ਦੀ ਗੱਲ ਗੁਰੂ ਪਾਤਸ਼ਾਹ ਦੱਸ ਰਹੇ ਨੇ। ਜਿਹੜਾ ਕਿਸੇ ਪ੍ਰਤੀ ਵੈਰ ਵਿਰੋਧ ਨਹੀਂ ਰੱਖਦਾ ਜਿਹੜਾ ਗੁਰਮੁਖ ਪਿਆਰਾ ਗੁਰੂ ਕੀ ਰੂਹ ਗੁਰਸੇਖ ਰੂਹਾ ਧੜੇ ਬੰਦੀਆਂ ਤੋਂ ਉੱਪਰ ਉੱਠਦੇ ਨੇ ਜਿਹੜੇ ਆਪਣੇ ਤੇ ਕਿਸੇ ਧੜੇ ਦਾ ਜਥੇਬੰਦੀ ਦਾ ਪਾਰਟੀ ਦਾ ਲੇਬਲ ਨਹੀਂ ਲਗਣ ਦਿੰਦੇ ਜਿਹੜੇ ਵੈਰ ਵਿਰੋਧ ਨਫ਼ਰਤ ਤੋਂ ਉੱਪਰ ਉੱਠ ਕੇ ਜਿਉਂਦੇ ਨੇ ਉਹਨਾਂ ਦੇ ਪ੍ਰਤੀ ਕੋਈ ਬੁਰਾ ਸੋਚਦਾ ਹੈ ਕੋਈ ਬੁਰਾ ਕਰਦਾ ਤਾਂ ਹੂੰ ਬੁਰਾ ਨਿਕਟਣਾ ਆਵੇ ਤਾਂ ਉਹਨਾਂ ਦਾ ਕੱਖ ਨਹੀਂ ਵਿਗਾੜ ਸਕਦਾ ਕੋਈ ਵਾਇਗਰੂ ਕਿਉਂ ਕਿਉਂਕਿ ਜਿਹੜੇ ਵੈਰ ਵਿਰੋਧ ਵਾਲੇ ਹੁੰਦੇ ਨੇ ਨਾ ਨਫ਼ਰਤ ਹੰਕਾਰ ਵਾਲੇ ਬਾਂਧਿਓ ਆਪਨ ਹੋਂ ਹੋਂ ਬੰਦਾ ਉਹ ਆਪਣੇ ਹੰਕਾਰ ਦੇ ਵੰਦਨਾ ਵਿੱਚ ਹੀ ਬੰਦੇ ਹੁੰਦੇ ਨੇ ਆਖੋ ਵਾਹਿਗੁਰੂ ਤੇ ਮਨਮੁਖ ਸੁਭਾਅ ਉਹ ਇਸ ਤਰ੍ਹਾਂ ਦੇ ਵੰਦਨਾ ਵਿੱਚ ਬੰਦਾ ਹੋਇਆ ਦੋਸ਼ ਦੇਤ ਆਗੈ ਕੋ ਅੰਧਾ ਉਹ ਹੋਰਾਂ ਨੂੰ ਦੋਸ਼ ਦਿੰਦਾ ਏ ਆ ਹੋਇਆ ਫਲਾਣੇ ਕਰਕੇ ਆ ਹੋਇਆ ਉਹਦੇ ਕਰਕੇ ਜਿਹੜਾ ਹਰ ਵੇਲੇ ਆਪਣੀਆਂ ਕਮਜ਼ੋਰੀਆਂ ਲਈ ਦੂਸਰਿਆਂ ਨੂੰ ਦੋਸ਼ ਦਿੰਦਾ ਏ ਉਹ ਸਵੈ ਪ੍ਰਚੋਲ ਨਹੀਂ ਕਰ ਸਕਦਾ ਆਖੋ ਵਾਹਿਗੁਰੂ ਉਹ ਕਹਿੰਦਾ ਇਹ ਇਸ ਕਰਕੇ ਹੋਇਆ ਉਹ ਐਸਾ ਸੁਭਾਅ ਹੋ ਐਸੀ ਸੋਚ ਐਸਾ ਮਨ ਵਿਹਿਮਾ ਭਰਮਾ ਵਿੱਚ ਚਲੇ ਜਾਂਦਾ ਹੈ ਇੰਨਾ ਦੇਸ਼ਾਂ ਦੇ ਵਿੱਚ ਵੀ ਡਿਵੈਲਪਡ ਕੰਟਰੀ ਦੇ ਵਿੱਚ ਪਹੁੰਚ ਕੇ ਵੀ ਬਹੁਤ ਲੋਕ ਵਿਹਿਮਾ ਭਰਮਾ ਵਿੱਚ ਪਏ ਨੇ ਫਲਾਣੇ ਨੇ ਆ ਨਾ ਕਰਾਤਾ ਹੋਵੇ ਤਿਮਕੇ ਨੇ ਉਹ ਨਾ ਕਰਾਤਾ ਹੋਵੇ ਕਿੱਡੀ ਸ਼ਰਮ ਦੀ ਬਾਤ ਹੈ ਕਿ ਜਦੋਂ ਕੋਈ ਨਿੰਬੂ ਮਿਰਚਾਂ ਦੇ ਖਿਆਲ ਇਹਨਾਂ ਦੇਸ਼ਾਂ ਵਿੱਚ ਵੀ ਚੱਕੀ ਬੈਠਾ ਹੈ ਇਹ ਨਿੰਬੂ ਮਿਰਚ ਦੇ ਨਾਲ ਕਿਸੇ ਦਾ ਕੀਤਾ ਕੋਈ ਹੋ ਜਾਏਗਾ ਸਤਗੁਰੂ ਸੱਚੇ ਪਾਤਸ਼ਾਹ ਕਹਿੰਦੇ ਅਹੰਕਾਰ ਦੇ ਬੰਦਨਾ ਵਿੱਚ ਆਪਣੀ ਉਲਝਣ ਤਾਣੀ ਵਿੱਚ ਫਸੇ ਹੋਏ ਮਨੁੱਖ ਦੂਸਰਿਆਂ ਨੂੰ ਦੋਸ਼ ਦਿੰਦੇ ਨੇ ਕਿਉਂਕਿ ਉਹਨਾਂ ਨੂੰ ਅਸਲੀਅਤ ਦੀ ਸਮਝ ਨਹੀਂ ਆਉਂਦੀ ਸੋਝੀ ਦੀਆਂ ਅੱਖਾਂ ਨਹੀਂ ਉਹ ਅੰਦਰੋਂ ਗਿਆਨ ਤੋਂ ਬਿਨਾਂ ਮਨ ਅੰਦਾ ਹੈ ਆਖੋਾਈ ਬਾਤ ਚੀਤ ਸਭ ਰਹੀ ਸਿਆਣਪ ਰੱਬ ਦੇ ਮਾਰਗ ਤੇ ਤੁਰਨ ਵਾਸਤੇ ਪਿਆਰੇ ਆ ਗੁਰੂ ਦੇ ਉਪਦੇਸ਼ ਨੂੰ ਮੰਨਣਾ ਪਵੇਗਾ ਨਹੀਂ ਤੇ ਜਿਹੜੀਆਂ ਤੇਰੀਆਂ ਉਲਝਣ ਤਾਣੀਆਂ ਨੇ ਨਾ ਇਹਨਾਂ ਉਲਝਣ ਤਾਣੀਆਂ ਵਿੱਚ ਜੋ ਸਿਚੁਏਸ਼ਨ ਹੈ ਨਾ ਉਹ ਸਿਚੁਏਸ਼ਨ ਵਿੱਚ ਤੇਰੀ ਸਿਆਣ ਤੇਰੀਆਂ ਗੱਲਾਂ ਬਾਤਾਂ ਕੋਈ ਕੰਮ ਨਹੀਂ ਆਉਣੀਆਂ ਖੋ ਆਏ ਜਿਸਾ ਹੈ ਜਨਾਬ ਸੋ ਜਨ ਹੈ ਨਾਨਕ ਇਹ ਨਾਨਕ ਜੀ ਜਿਨ੍ਹਾਂ ਨੂੰ ਵਾਹਿਗੁਰੂ ਜੀ ਸੋਝੀ ਦਿੰਦੇ ਨੇ ਦਿੰਦੇ ਕਿਵੇਂ ਗੁਰੂ ਰਾਹੀ ਦਿੰਦੇ ਨੇ ਗੁਰੂ ਦੀ ਬਾਣੀ ਦੇ ਵਿੱਚੋਂ ਜਿਨੇ ਸੱਚੇ ਗਿਆਨ ਦੇ ਦੀਦਾਰ ਕਰ ਲਏ ਉਪਦੇਸ਼ ਨੂੰ ਸਮਝ ਲਿਆ ਮਨ ਨੂੰ ਚੰਗਾ ਲੱਗਿਆ ਮਨ ਮੰਨਣ ਤਰਪਿਆ ਉਨਾਨੂ ਜੀਵੰਦੀ ਰਮਨ ਸਮਝਾ ਦਿੰਦੇ ਨੇ ਜਿਸ ਹੈ ਜਨਾਬ ਗੋਜਾਨਾ ਨਾਨਕ ਚਲੋਕ ਭੈ ਪੰਜਨ ਅਗ ਦੁਖ ਨਾਸ ਮਨ ਆਰਾਧ ਹਰੇ ਤੇ ਮਨ ਭੈ ਨੂੰ ਦੂਰ ਕਰਨ ਵਾਲੇ ਦੁੱਖਾਂ ਦਾ ਨਾਸ਼ ਕਰਨ ਵਾਲੇ ਪਾਪਾਂ ਦਾ ਨਾਸ਼ ਕਰਨ ਵਾਲੇ ਵਾਹਿਗੁਰੂ ਸੱਚੇ ਪਾਤਸ਼ਾਹ ਨੂੰ ਆਰਾਧਨਾ ਸਿੱਖੋ ਵਾਹਿਗੁਰੂ ਜੀ ਨੂੰ ਸਮਰਪਿਤ ਹੋ ਕੇ ਜੀਵਨ ਜਿਉਣਾ ਸਿੱਖ ਸੰਤ ਸੰਗ ਜਿਹੇ ਰਿਤ ਵਸਿਓ ਨਾਨਕ ਤੇ ਨਾ ਭ੍ਰਮੇ ਰੀਕਾ ਕੀ ਹੈ ਗੁਰੂ ਦਾ ਸੰਗ ਕਰਕੇ ਗੁਰੂ ਦੇ ਉਪਦੇਸ਼ ਰਾਹੀਂ ਸੋਚ ਸੁਭਾਅ ਨੂੰ ਪਰਚੋਲ ਕੇ ਸੋਚ ਸੁਭਾਅ ਨੂੰ ਸ਼ਿੰਗਾਰ ਕੇ ਜੇਦ ਗੁਰੂ ਦਾ ਉਪਦੇਸ਼ ਹਿਰਦੇ ਚ ਵਸਦਾ ਨਾ ਨਾਨਕ ਤੇ ਨਾ ਭ੍ਰਮੇ ਇਹ ਨਾਨਕ ਜੀ ਉਹਨਾਂ ਨੂੰ ਸੋਝੀ ਆ ਜਾਂਦੀ ਹੈ ਉਹ ਭਰਮ ਪਟਕਣਾ ਵਿੱਚ ਨਹੀਂ ਪੈਂਦੇ ਮਨਨ ਜਿੰਦਗੀ ਦਾ ਮਕਸਦ ਤੇ ਜਿੰਦਗੀ ਦਾ ਮਾਰਗ ਸਮਝਿਆ ਜਾਂਦਾ ਹੈ ਪੌੜੀ ਪੱਬਾ ਪਰਮ ਮਿਟਾਓ ਆਪਣਾ ਪੌੜੀ ਦੇ ਵਿੱਚ ਪੱਬਾ ਅੱਖਰ ਸਾਹਮਣੇ ਰੱਖ ਕੇ ਸਿਖਾ ਰਹੇ ਨੇ ਆਪਣੇ ਅੰਦਰੋਂ ਪਰਮ ਮਿਟਾਓ ਬਹੁਤ ਭੁਲੇਖਾ ਹੈ ਕਿ ਦੁਨਿਆਵੀ ਪ੍ਰਾਪਤੀਆਂ ਹੀ ਸਭ ਕੁਝ ਹੈ ਬੜਾ ਵੱਡਾ ਭੁਲੇਖਾ ਹੈ ਕਿ ਦੁਨਿਆਵੀ ऐਸ਼ੋ-ਇਸ਼੍ਰਤੀ ਸਭ ਕੁਝ ਹੈ ਬੜਾ ਵੱਡਾ ਭੁਲੇਖਾ ਹੈ ਕਿ ਦੁਨਿਆਵੀ ਤਨ ਪਦਾਰਥੀ ਸਭ ਕੁਝ ਹੈ ਨਹੀਂ ਇਹ ਜਵਾਨੀ ਵਿੱਚ ਇਹ ਗੱਲਾਂ ਬੜੀਆਂ ਚੰਗੀਆਂ ਲੱਗਦੀਆਂ ਨੇ ਜਿਉਂ-ਜਿਉਂ ਜ਼ਿੰਦਗੀ ਦੇ ਤਜਰਬੇ ਆਉਂਦੇ ਨੇ ਦੁੱਖਾਂ ਸੁੱਖਾਂ ਦੀਆਂ ਗਲੀਆਂ ਵਿੱਚੋਂ ਦੀ ਲੰਘਦਾ ਫਿਰ ਪਤਾ ਲੱਗਦਾ ਜ਼ਿੰਦਗੀ ਦੇ ਬਹੁਤ ਐਸੇ ਹਾਲਾਤ ਨੇ ਜਿੱਥੇ ਨਾ ਪੈਸਾ ਨਾ ਪ੍ਰਾਪਰਟੀ ਨਾ ਹੋਰ ਪ੍ਰਾਪਤੀ ਕੋਈ ਕੰਮ ਨਹੀਂ ਆਉਂਦੀ ਉੱਥੇ ਵਾਿਗੁਰੂ ਜੀ ਦੀ ਬਖਸ਼ਿਸ਼ ਹੀ ਕੰਮ ਆਉਂਦੀ ਹੈ ਇਹ ਪਰਮ ਮਿਟਾ ਦੇ ਆਪਣੇ ਅੰਦਰ ਆਹ ਸੰਸਾਰ ਸਗਲ ਹੈ ਸੁਪਨਾ ਪਰਮ ਦੂਰ ਕਰ ਅਸਲੀਅਤ ਸਮਝ ਇਹ ਜਿਹੜੀ ਇਸ ਤਰ੍ਹਾਂ ਦੇ ਰਸਾਂ ਦੀ ਇਸ ਤਰ੍ਹਾਂ ਦੀਆਂ ਪ੍ਰਾਪਤੀਆਂ ਤ੍ਰਿਸ਼ਨਾ ਲੋਭ ਦੇ ਵਿੱਚ ਜੀਵਨ ਜਿਉਉਂਦੇ ਹਨ ਇੱਕ ਸੁਪਨੇ ਵਾਂਗੂ ਹੀ ਹੈ ਸੁਪਨੇ ਦੇ ਵਿੱਚ ਬਹੁਤ ਕੁਝ ਪ੍ਰਾਪਤ ਹੁੰਦਾ ਜਦੋਂ ਅੱਖ ਖੁੱਲਦੀ ਨਾ ਥੱਲੇ ਕੱਖ ਨਹੀਂ ਉਹ ਸੁਪਨਾ ਸੀ ਇਦਾਂ ਹੀ ਪਿਆਰਿਆ ਜ਼ਿੰਦਗੀ ਦਾ ਅਖੀਰ ਬਡੇਪਾ ਹੁੰਦਾ ਹੈ ਤੇ ਮੌਤ ਆਉਂਦੀ ਹੈ ਬਡੇਪੇ ਵਿੱਚ ਅਹਿਸਾਸ ਹੋ ਜਾਂਦਾ ਜੋ ਤੂੰ ਕਰਦਾ ਰਿਹਾ ਉਹਨੇ ਉਲਝਣਾਂ ਤਾਣੀਆਂ ਪੈਦਾ ਕੀਤੀਆਂ ਜ਼ਿੰਦਗੀ 'ਚ ਸੰਤੁਸ਼ਟੀ ਨਹੀਂ ਪਛਤਾਵੇ ਬਹੁਤ ਸੇੜ ਲੇ ਉਲਝਣਾਂ ਤਾਣੀ ਬਹੁਤ ਬਦਾਲੀ ਫਿਰ ਮੌਤ ਵੇਲੇ ਤੇ ਪਤਾ ਲੱਗੇਗਾ ਨਾਲ ਕੁਝ ਵੀ ਨਹੀਂ ਜਾਣ ਵਾਲਾ ਇਹ ਤਾਂ ਸੁਪਨਾ ਹੀ ਸੀ ਭਰਮੇ ਸੁਰ ਨਰ ਦੇਵੀ ਦੇਵਾ ਭਰਮੇ ਸਿੱਧ ਸਾਧਕ ਬ੍ਰਹਮੇਵਾ ਇਸ ਤਰ੍ਹਾਂ ਦੀ ਭਰਮ ਦੇ ਵਿੱਚ ਰਾਜੇ ਮਨੁੱਖ ਦੇਵਤੇ ਦੇਵੀ ਸਿੱਧ ਲੋਕ ਸਾਧਨਾ ਕਰਨ ਵਾਲੇ ਬ੍ਰਹਮਾ ਆਦਿਕ ਕਹਿੰਦੇ ਉਹਨਾਂ ਦੀਆਂ ਜਦੋਂ ਸਟੋਰੀਆਂ ਪੜ੍ਹਦੇ ਹਾਂ ਉਹ ਵੀ ਤਮੋ ਗੁਣ ਰਜੋ ਗੁਣ ਵਿੱਚ ਸਤੋ ਗੁਣ ਵਿੱਚ ਉਲਝਦੇ ਦਿਖਾਈ ਦਿੰਦੇ ਨੇ ਜੋ ਵਿਚਾਰ ਤਾਰਾ ਵੀ ਤਮੋ ਗੁਣ ਵਾਲੀ ਸਤੋ ਗੁਣ ਵਾਲੀ ਦਿੱਤੀ ਸਤੋ ਗੁਣ ਧਰਮ ਨਿਭਾਉਣਾ ਹੈ ਦੁਨਿਆਵੀ ਪ੍ਰਾਪਤੀਆਂ ਦੀ ਇੱਛਾ ਵਿੱਚ ਐਸੀ ਵਿਚਾਰ ਤਾਰਾ ਦਿੱਤੀ ਗੁਰਬਾਣੀ ਕਿਤੇ ਵੀ ਦੁਨਿਆਵੀ ਪ੍ਰਾਪਤੀਆਂ ਦੇ ਲਈ ਤੁਹਾਨੂੰ ਧਰਮ ਨਿਭਾਉਣਾ ਨਹੀਂ ਸਿਖਾਉਂਦੀ ਭਾਵੇਂ ਸਾਨੂੰ ਕਈ ਵਾਰੀ ਇਦਾਂ ਕਹਿ ਦਿੱਤਾ ਜਾਂਦਾ ਜੀ ਅਸੀਂ ਆਹ ਕੰਮ ਕਰਨਾ ਹੈ ਹੁਕਮਨਾਮੇ ਤੋਂ ਪੁੱਛਣਾ ਹੈ ਮੇਰਾ ਮੁਕਦਮਾ ਜਿੱਤੂ ਕਿ ਨਹੀਂ ਜਿੱਤੂ ਮੈਂ ਹੁਕਮਨਾਮੇ ਤੋਂ ਪੁੱਛਣਾ ਮੇਰਾ ਕੰਮ ਹੋਊ ਕਿ ਨਹੀਂ ਹੋਊ ਜਦ ਤੁਸੀਂ ਗੁਰਬਾਣੀ ਨੂੰ ਧਿਆਨ ਨਾਲ ਸਮਝੋਗੇ ਗੁਰਬਾਣੀ ਦੁਨਿਆਵੀ ਪ੍ਰਾਪਤੀਆਂ ਲਈ ਸਾਨੂੰ ਪ੍ਰੇਰਿਤ ਨਹੀਂ ਕਰਦੀ ਦੁਨਿਆਵੀ ਅੰਦਰੋਂ ਬਖਸ਼ਿਸ਼ ਵਾਲੇ ਜੀਵਨ ਦੀ ਘਾਤ ਕਰਦੀ ਆਖੋ ਵਾਹਿਗੁਰੂ ਪਰਮ ਪਰਮ ਮਨੁੱਖ ਡਹਿਕਾਏ ਮਨੁੱਖ ਪਰਮ ਭਟਕਣਾ ਦੇ ਵਿੱਚ ਉਲਝੇ ਹੋਏ ਜੀਵਨ ਜਿਉਂਦੇ ਨੇ ਦੋ ਤਰ ਮਹਾ ਵਿਖਮੇ ਹਮਾਏ ਇਹ ਜਿਹੜੀ ਖਿੱਚ ਐ ਨਾ ਰੋਂਗ ਅਟੈਨਸ਼ਨ ਰੂਪੀ ਮਾਇਆ ਰੂਪੀ ਖਿੱਚ ਇਹ ਬੜੀ ਵਿਖਮ ਹੈ ਇਹ ਸੰਸਾਰ ਸਮੁੰਦਰ ਹੈ ਬੜਾ ਕਠਨ ਹੈ ਇਹਦੇ ਵਿੱਚ ਉਲਝਣਾ ਬੜਾ ਸੌਖਾ ਹੈ ਇਹਦੇ ਚੋਂ ਨਿਕਲਣਾ ਬੜਾ ਔਖਾ ਹੈ ਵਾਹਿਗੁਰੂ ਗੁਰਮਖ ਭ੍ਰਮ ਪੈ ਮੋਹ ਮਿਟਾਇਆ ਗੁਰੂ ਦੇ ਮੁਖ ਵਿੱਚੋਂ ਨਿਕਲੇ ਹੋਏ ਉਪਦੇਸ਼ ਨੂੰ ਜਿਨ੍ਹਾਂ ਨੇ ਮੰਨਿਆ ਉਹਨਾਂ ਦੇ ਅੰਦਰੋਂ ਦੋ ਚੀਜ਼ਾਂ ਉਹਨਾਂ ਦੇ ਅੰਦਰੋਂ ਨਿਕਲ ਗਈਆਂ ਇੱਕ ਭਰਮ ਮੋ ਜਿੰਦਗੀ ਦਾ ਅਸਲੀ ਮਕਸਦ ਸਮਝ ਆ ਗਿਆ ਪਰਮ ਦੂਰ ਹੋ ਗਿਆ ਮੋ ਉਹ ਕੁਸੰਗੀ ਖਿੱਚ ਖਤਮ ਹੋ ਗਈ ਮੋ ਦੇ ਅਰਥ ਇਥੇ ਰੋਂਗ ਅਟੈਂਸ਼ਨ ਵਾਲੇ ਪਾਸੇ ਦੀ ਖਿੱਚ ਗੁਰੂ ਦੇ ਮੁਖ ਵਿੱਚੋਂ ਨਿਕਲੇ ਉਪਦੇਸ਼ ਨੂੰ ਜਦੋਂ ਸੋਚ ਸਬਾਵ ਤੇ ਲਾਗੂ ਕਰਕੇ ਜਿਵੇਂ ਆ ਨਾਨਕ ਸੇਹ ਪਰਮ ਸੁਖ ਪਾਇਆ ਹੈ ਨਾਨਕ ਜੀ ਉਹਨਾਂ ਨੇ ਆਤਮਿਕ ਸੁਖ ਸੰਤੁਸ਼ਟੀ ਵਾਲਾ ਰੱਬੀ ਮਾਰਗਵਾਲ ਤੇ ਤਰਨ ਵਾਲਾ ਜੀਵਨ ਪ੍ਰਾਪਤ ਕਰ ਲਿਆ ਸ਼ਲੋਕ ਮਾਇਆ ਡੋਲੇ ਬਹੁਬਿਧੀ ਮਨ ਲਪਟਿਉ ਤਹ ਸੰਗ ਮਨ ਮਾਇਆ ਦੇ ਵਿੱਚ ਰੋਂਗ ਅਟੈਂਸ਼ਨ ਵਾਲੇ ਪਾਸੇ ਬੜੇ ਤਰੀਕਿਆਂ ਦੇ ਨਾਲ ਉਲਝਦਾ ਏ ਕਿ ਉਹਦੇ ਚ ਲਪਟਿਆ ਰਹਿੰਦਾ ਏ ਉਧਰ ਖਿੱਚਿਆ ਰਹਿੰਦਾ ਏ ਮੰਗਨ ਤੇ ਜੇ ਤੁਮ ਰਖੋ ਸੋ ਨਾਨਕ ਨਾਮੈ ਰੰਗ ਮੰਗਨ ਮਨ ਦੇ ਅੰਦਰ ਜਿਹੜੀ ਤ੍ਰਿਸ਼ਨਾ ਹੈ ਲੋਭ ਹੈ ਦੁਨਿਆਵੀ ਰਸਾਂ ਕਸਾਂ ਦੀ ਦੁਨਿਆਵੀ ਪ੍ਰਾਪਤੀਆਂ ਦੀ ਉਸ ਖਿੱਚ ਨੂੰ ਮੰਗ ਕੇ ਹੈ ਇਹ ਮਨ ਜਿੰਨਾ ਚਿਰ ਮੰਗਣ ਤੇ ਨਾ ਰਾਜੀ ਨਹੀਂ ਸਕਦਾ ਸਹਸ ਖਟੇ ਲਖ ਕੋਠ ਧਾਵੇ ਤ੍ਰਿਪਤ ਨਾ ਆਵੇ ਮਾਇਆ ਪਾਛੇ ਪਾਵੇ ਇਹ ਰਜ ਨਹੀਂ ਸਕਦਾ ਕਿ ਤ੍ਰਿਸ਼ਨਾ ਉਹ ਖੂ ਹੈ ਜਿਹੜਾ ਨਾ ਕਦੀ ਕਿਸੇ ਦਾ ਭਰਿਆ ਤੇ ਨਾ ਭਰੇਗਾ ਤੇ ਜਿਨ੍ਹਾਂ ਤੇ ਵਾਹਿਗੁਰੂ ਜੀ ਕਿਰਪਾ ਕਰਦੇ ਨੇ ਨਾ ਮੰਗਨ ਤੇ ਜੇ ਤੁਮ ਰੱਖੋ ਅੰਦਰ ਮੰਗ ਇਹ ਭੁੱਖੇ ਤ੍ਰਿਸ਼ਨਾ ਲੋਭ ਲਾਲਚ ਪੈਦਾ ਹੀ ਨਹੀਂ ਹੋਣ ਦਿੰਦੇ ਆਖੋ ਵਾਹਿਗੁਰੂ ਵਾਹਿਗੁਰੂ ਜੀ ਬਚਾ ਲੈਂਦੇ ਨੇ ਤ੍ਰਿਸ਼ਨਾ ਦੀ بجائے ਸਬਰ ਸੰਤੋਖ ਆ ਜਾਂਦਾ ਹੈ ਕੋ ਦੁਨਿਆਵੀ ਪ੍ਰਾਪਤੀਆਂ ਵਿੱਚ ਉਲਝਣ ਦੀ بجائے ਜ਼ਿੰਦਗੀ ਦਾ ਬੈਲੈਂਸ ਬਣਾਉਣਾ ਆ ਜਾਂਦਾ ਤੇ ਪਰਉਪਕਾਰ ਦੇ ਮਿਸ਼ਨ ਤੇ ਗੁਰੂ ਦੇ ਵਿਜ਼ਨ ਤੇ ਤਰੰਦਾ ਇੱਕ ਆਨੰਦ ਆ ਜਾਂਦਾ ਨਾਨਕ ਨਾ ਮੇਰਾ ਇਨਾਮ ਦੇ ਰੰਗ ਵਿੱਚੋ ਨਾਮ ਨਾਲ ਪ੍ਰੀਤ ਕਰਕੇ ਗਿਆਨ ਰੂਪੀ ਨਾਮ ਗੁਰੂ ਦੇ ਉਪਦੇਸ਼ ਗੁਰੂ ਦਾ ਵਿਰਸਾ ਗੁਰੂ ਦੇ ਵਿਰਸੇ ਦੇ ਗਿਆਨ ਨਾਲ ਪ੍ਰੀਤ ਕਰਕੇ ਵਾਹਿਗੁਰੂ ਜੀ ਦੀ ਯਾਦ ਪੈ ਪਾਬਨੀ ਸ਼ੁਕਰਾਨੇ ਨਾਲ ਜਦੋਂ ਪਿਆਰ ਰਸ ਵਿੱਚ ਮਨ ਭਿੱਜਦਾ ਹੈ ਨਾ ਫਿਰ ਵਾਹਿਗੁਰੂ ਜੀ ਕਿਰਪਾ ਕਰਦੇ ਪੌੜੀ ਮਮਾ ਮੰਗਣ ਹਾਰ ਈਆਣਾ ਜਿਹੜਾ ਮਨ ਮੰਗਣ ਤੇ ਖੜਾ ਹੈ ਤ੍ਰਿਸ਼ਨਾ ਲੋਭ ਲਾਲਚ ਵਿੱਚ ਉਹ ਈਆਣਾ ਹੈ ਅਣਜਾਣ ਹੈ ਉਹ ਸੋਝੀ ਨਹੀਂ ਉਹਨੂੰ ਪਤਾ ਹੀ ਨਹੀਂ ਦੇਨ ਹਾਰ ਦੇ ਰਹੇ ਸੁਜਾਨਾ ਵਾਹਿਗੁਰੂ ਜੀ ਤਾਂ ਦੇਨ ਹਾਰ ਨੇ ਬੜੇ ਸਿਆਣੇ ਨੇ ਦੇ ਰਹੇ ਨੇ ਜੋ ਦੀਨੋ ਸੋ ਇੱਕ ਹੈ ਵਾਰ ਉਹਨਾਂ ਨੇ ਤਾਂ ਸਾਰਾ ਕੁਝ ਸੰਸਾਰ ਵਿੱਚ ਇੱਕੋ ਵਾਰੀ ਰੱਖ ਦਿੱਤਾ ਪਿਆਰਿਆ ਤੂੰ ਕਿਹੜੀਆਂ ਚੀਜ਼ਾਂ ਮੰਗਦਾ ਹੈ ਉਹ ਤਾਂ ਬਖਸ਼ਿਸ਼ ਦਿੰਦੇ ਨੇ ਇੱਕੋ ਵਾਰੀ ਦਿੰਦੇ ਨੇ ਕੋਈ ਖੋ ਨਹੀਂ ਸਕਦਾ ਉਹ ਲਗਨ ਜਜ਼ਬਾ ਦਿੰਦੇ ਨੇ ਜੀ ਨੂੰ ਦੇ ਦਿੱਤਾ ਉਹਨੂੰ ਕੋਈ ਖੋ ਨਹੀਂ ਸਕਦਾ ਮਨ ਮੂਰਖ ਕਹ ਕਰੇ ਪੁਕਾਰ ਐਮਨਾ ਤੂੰ ਮੂਰਖ ਹੈ। ਦੁਨਿਆਵੀ ਮੰਗਾਂ ਦੀ ਪੁਕਾਰ ਕਿਹਦੇ ਕੋਲੇ ਕਰ ਰਹੀ ਆ। ਵਾਹਿਗੁਰੂ ਜੀ ਨੂੰ ਤਾਂ ਸਭ ਪਤਾ ਹੈ ਉਹ ਤਾਂ ਤੈਨੂੰ ਬਖਸ਼ਿਸ਼ ਦੇਣਾ ਚਾਹੁੰਦੇ। ਤੈਨੂੰ ਆਤਮਿਕ ਜੀਵਨ ਦੇਣਾ ਚਾਹੁੰਦੇ। ਕਿੱਧਰ ਉਲਝਿਆ ਹੋਇਆ ਹੈ। ਜੋ ਮੰਗਾਂ ਤੂੰ ਮੰਗਾਂ ਬੀਆ ਜੇ ਤੂੰ ਮੰਗਦਾ ਹੈ ਤਾਂ ਤੂੰ ਦੂਜਾ ਪਾਸਾ ਮੰਗੀ ਜਾ ਰਿਹਾ ਬੀਆ ਦੂਜਾ। ਜੀਵਨ ਸਫਲ ਕਰਨ ਵਾਲੇ ਪਾਸੇ ਤੈਨੂੰ ਸੋਝੀ ਨਹੀਂ। ਬੰਦੇ ਦੀ ਸਕੂਲਿੰਗ ਹੀ ਇਸ ਤਰ੍ਹਾਂ ਦੀ ਕੀਤੀ ਹੁੰਦੀ ਹੈ ਸਾਨੂੰ ਧਰਮ ਹੀ ਉਦਾਂ ਦਾ ਸਿਖਾਇਆ ਹੁੰਦਾ ਸਾਨੂੰ ਉਸੇ ਪਾਸੇ ਤੋਰਿਆ ਹੁੰਦਾ ਜਿਹਨੂੰ ਕਰਮ ਕਾਂਡ ਇਹ ਗੱਲ ਯਾਦ ਰੱਖਿਓ ਕਰਮ ਕਾਂਡ ਵਾਲਾ ਧਰਮ ਸਿਖਾਉਣ ਵਾਲਾ ਤੇ ਕਰਮ ਕਾਂਡ ਵਾਲਾ ਧਰਮ ਸਿੱਖਣ ਵਾਲਾ ਦੋਨਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਝਾਤੀ ਨਹੀਂ ਮਾਰੀ ਹੁੰਦੀ ਉਹਨਾਂ ਨੂੰ ਅੰਦਰ ਖਜ਼ਾਨੇ ਦਾ ਨਹੀਂ ਪਤਾ ਤੇ ਸਾਡੀ ਕੁਝ ਪ੍ਰਚਾਰ ਦੀ ਦਿਸ਼ਾ ਵੀ ਇਸ ਤਰ੍ਹਾਂ ਦੀ ਰਹੀ ਪ੍ਰਚਾਰ ਦਾ ਤਰੀਕਾ ਵੀ ਇਸ ਤਰ੍ਹਾਂ ਦਾ ਰਿਹਾ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਲੱਖ ਖਜ਼ਾਨਾ ਬਹੁਤਾ ਦੁਨੀਆ ਤੱਕ ਪਹੁੰਚਾ ਨਾ ਸਕੇ। ਸ਼੍ਰੀ ਅਖੰਡ ਪਾਠ ਸੈ ਬੰਦਾਇ ਪਰਿਵਾਰ ਵਾਲੇ ਤਾਂ ਬੈਠਦੇ ਹੀ ਨਹੀਂ ਖਜ਼ਾਨਾ ਪਹੁੰਚੇਗਾ ਕਿਤੋਂ ਸਖਾਇਆ ਹੀ ਇਦਾਂ ਗਿਆ। ਸਹਿਜ ਪਾਠ ਰਖਵਾ ਲਿਆ ਗੁਰੂ ਘਰ ਰਖਵਾ ਲਿਆ ਪਰਿਵਾਰ ਤਾਂ ਆਇਆ ਹੀ ਨਹੀਂ। ਖਜ਼ਾਨਾ ਕਿਵੇਂ ਮਿਲੇਗਾ? ਗੁਰਬਾਣੀ ਦੀ ਵਿਆਖਿਆ ਨੂੰ ਅਸੀਂ ਫਸਟ ਪ੍ਰਾਇੋਰਟੀ ਤੇ ਨਹੀਂ ਰੱਖਿਆ। ਫਿਰ ਗੁਰਬਾਣੀ ਦੀ ਵਿਆਖਿਆ ਨੂੰ ਕਰਮ ਕਾਂਡ ਤੋਂ ਅਖੰਡ ਬਾਤ ਨੂੰ ਉੱਪਰ ਉੱਠ ਕੇ ਤਤ ਸਿਧਾਂਤਿਕ ਤੌਰ ਤੇ ਜੀਵਨ ਨਾਲ ਰਿਲੇਵੈਂਟ ਕਰਕੇ ਸਮਝਣਾ ਸੋਚ ਸੁਭਾਅ ਨਾਲ ਰਿਲੇਵੈਂਟ ਕਰਕੇ ਸਮਝਣਾ ਉਹਦੇ ਲਈ ਹਰ ਗੁਰਸਿੱਖ ਨੂੰ ਆਪ ਯਤਨ ਕਰਨਾ ਪਵੇਗਾ ਇਹ ਅਰਥਾਂ ਸਮੇਤ ਸਹਿਜ ਪਾਠ ਤੁਹਾਡੇ ਲਈ ਇਹ ਇੱਕ ਲਗਨ ਪੈਦਾ ਕਰੇਗਾ ਜਜ਼ਬਾ ਪੈਦਾ ਕਰੇਗਾ ساری ਜ਼ਿੰਦਗੀ ਸਿੱਖਦੇ ਰਹਿਣਾ ਤੁਸੀਂ ਤਾਂ ਮੇਰੇ ਤੋਂ ਵੀ ਵੱਧ ਸਿੱਖਣਾ ਹੈ ਮੇਰੇ ਤੋਂ ਵੀ ਵੱਧ ਤੁਹਾਨੂੰ ਗਿਆਨ ਪ੍ਰਾਪਤ ਹੋਣਾ ਹੈ ਪਰ ਇਸ ਪੱਕੀ ਭਾਵਨਾ ਬਣਾ ਲੈਣੀ ਧਾਰਨਾ ਬਣਾ ਲੈਣੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰੋਂ ਸਿੱਖਣਾ ਇਹ ਗੁਰੂ ਸਬ ਸਿਖਾਰੇ ਨੇ ਜੋ ਮੰਗਾਂ ਤਾਂ ਮੰਗਿਆ ਵੀ ਆ ਜੋ ਤੂੰ ਮੰਗਦਾ ਹੈ ਉਹ ਤਾਂ ਦੂਜੇ ਪਾਸੇ ਦੀ ਖੇਡ ਮੰਗੀ ਜਾ ਰਹੀ ਹੈ। ਖੁਲ ਜਨਤਾਣੀ ਦੀ ਖੇਡ ਮੰਗੀ ਜਾ ਰਹੀ ਹੈ। ਜਾਂ ਤੇ ਕੁਸ਼ਲ ਨਾ ਕਾ ਹੂੰ ਥੀ ਆ ਇਹਦੇ ਅੰਦਰ ਤੇਰੇ ਅੰਦਰ ਆਤਮਿਕ ਖੁਸ਼ੀ ਆਤਮਿਕ ਆਨੰਦ ਨਹੀਂ ਆ ਸਕਣਾ। ਤੈਨੂੰ ਗਲਤ ਦੱਸਿਆ ਗਿਆ ਤੇਰੀ ਭਾਵਨਾ ਗਲਤ ਪਾਸੇ ਬਣੀ ਹੈ। ਮੰਗਨ ਮੰਗਤਾ ਇੱਕ ਇਹ ਮੰਗ ਜੇ ਮੰਗਣਾ ਹੈ ਤੇ ਪਿਆਰੇ ਬਖਸ਼ਿਸ਼ ਮੰਗ ਰੱਬ ਦੇ ਮਾਰਗ ਨੂੰ ਮੰਗ ਰੱਬ ਦੇ ਪਿਆਰ ਨੂੰ ਮੰਗ। ਨਾਨਕ ਜਾਤੇ ਪਰਹਪਰਾਗ ਇਹ ਨਾਨਕ ਜੀ ਇਸ ਦੇ ਨਾਲ ਤੇਰਾ ਜੀਵਨ ਸਫਲ ਹੋਏਗਾ ਉਸ ਨੂੰ ਮੰਗ ਜਿਹਦੇ ਨਾਲ ਤੇਰੇ ਸੋਚ ਸੁਭਾਅ ਨੂੰ ਸੰਵਾਰਨ ਦੀ ਯੋਗਤਾ ਆਏਗੀ ਪਰਹਪਰਾਗ ਦੁਨਿਆਵੀ ਪ੍ਰਾਪਤੀਆਂ ਦੁਨਿਆਵੀ ਰਸ ਦੁਨਿਆਵੀ ਮੰਗਾ ਦੁਨਿਆਵੀ ਪਦਾਰਥਾਂ ਦੀਆਂ ਮੰਗਾਂ ਤੋਂ ਮਨ ਪਰੇ ਹੋ ਜਾਵੇ ਉੱਪਰ ਉੱਠ ਖੜੇ ਉਹ ਉੱਪਰਲੀ ਮੰਗ ਮੰਗ ਆਤਮਿਕ ਜੀਵਨ ਜਿਉਣਾ ਆ ਜਾਵੇ ਗੁਰਮਖ ਸੁਭਾਅ ਉਹ ਗੁਰਮਤ ਵਾਲੀ ਸੋਚ ਵਾਲਾ ਜੀਵਨ ਜਿਉਣਾ ਆ ਜਾਵੇ ਗੁਰੂ ਦੇ ਉਪਦੇਸ਼ਾਂ ਨੂੰ ਸਮਰਪਿਤ ਹੋ ਕੇ ਜ਼ਿੰਦਗੀ ਨੂੰ ਬੈਲੈਂਸ ਬਣਾਉਣਾ ਆ ਜਾਵੇ ਦੁਨਿਆਵੀ ਜ਼ਿੰਮੇਵਾਰੀਆਂ ਵੀ ਨਿਭਾਉਣੀਆਂ ਨੇ ਤੇ ਸਿੱਖ ਨੇ ਪਰਉਪਕਾਰੀ ਬਿਜ਼ਨੈਰ ਵੀ ਬਣਨਾ ਹੈ ਮੰਗਣਾ ਤਾਂ ਬਖਸ਼ਿਸ਼ ਦਾ ਮਾਰਗ ਮੰਗ ਸਤਿਗੁਰੂ ਕਿਰਪਾ ਕਰਨ ਸਾਰਿਆਂ ਨੂੰ ਸੋਜੀ ਮਿਲੇ ਭੁੱਲਾਂ ਚੁੱਕਾਂ ਦੀ ਖਿਮਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ